USA ਸਟੱਡੀ ਵੀਜ਼ਾ ਦੀ ਗੱਲ ਕਰਾਂਗੇ ਕਿ ਆਖਿਰ ਨੂੰ ਤਾਜ਼ਾ ਮਾਹੌਲ ਚੱਲ ਕੀ ਰਿਹਾ ਹੈ 트ੈਂਡ ਕੀ ਚੱਲ ਰਿਹਾ ਹੈ ਇੰਟਰਵਿਊਜ਼ ਨੂੰ ਲੈ ਕੇ ਲਗਾਤਾਰ ਸਟੂਡੈਂਟ ਦੇ ਸਵਾਲ ਸਾਡੇ ਕੋਲ ਬਣੇ ਹੋਏ ਨੇ ਔਰ ਉਸ ਉੱਪਰ ਵੀ ਕਲੈਰਿਟੀ ਜ਼ਰੂਰ ਦਵਾਵਾਂਗੇ ਕਿਹੜੇ-ਕਿਹੜੇ ਕੋਰਸਿਸ ਨੇ ਜਿਹੜੇ ਤੁਹਾਨੂੰ ਚੰਗੇ ਫਿਊਚਰ ਚਾਂਸਸ ਚੰਗੀਆਂ ਫਿਊਚਰ ਓਪਰਚ्युनिटीਜ਼ ਜ਼ਰੂਰ ਦੇ ਸਕਦੇ ਨੇ ਇੱਥੇ ਦੇਖੋ ਅੱਜ ਦੇ ਟਾਈਮ ਵਿੱਚ ਇੱਕ ਸਹੀ ਡਿਸੀਜਨ ਦੇ ਲਈ ਇੱਕ ਚੰਗੇ ਵਾਹਿਗ ਕੰਸਲਟੈਂਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਅੱਜ ਦੇ ਟਾਈਮ ਵਿੱਚ ਅਗਰ ਤੁਸੀਂ ਇੱਕ ਵੀ ਗਲਤ ਫੈਸਲਾ ਅਗਰ ਲੈ ਲਿਆ ਤਾਂ ਤੁਹਾਡੀ ਪੂਰੀ ਪ੍ਰੋ ਫੋਰ ਅਪਲਾਈ ਕਰਨ ਨੂੰ ਲੈ ਕੇ ਤੁਹਾਨੂੰ ਬਹੁਤ ਸਾਰੀ ਪ੍ਰੋਬਲਮਸ ਹਰਡਲਸ ਆ ਜਾਂਦੀਆਂ ਨੇ ਸੋ ਜਦੋਂ ਵੀ ਅਪਲਾਈ ਕਰੋ ਇੱਕ ਚੰਗੀ ਸਲਾਹ ਦੇ ਨਾਲ ਅਪਲਾਈ ਕਰਨਾ ਚਾਹੀਦਾ ਤੇ ਇਸ ਲਈ ਅਸੀਂ ਇਹਨਾਂ ਵੀਡੀਓਜ਼ ਦੇ ਜ਼ਰੀਏ ਚੰਗੀ ਮਾਹਿਰ ਸਲਾਹ ਹੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਯੂਐਸਏ ਸਟੱਡੀ ਵੀਜ਼ਾ ਨੂੰ ਲੈ ਕੇ ਡਿਟੇਲ ਵਿੱਚ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵਿਨਾਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸੋ ਨੈਵੀਗੇਟਰਸ ਓਵਰਸੀਜ਼ ਜਿਸ ਦਾ ਕੰਪਨੀ ਦਾ 27 ਸਾਲਾਂ ਦਾ ਐਕਸਪੀਰੀਅੰਸ ਮੈਮ ਇਨੇ ਸਾਲਾਂ ਤੋਂ ਸਟੂਡੈਂਟਸ ਨੂੰ ਗਾਈਡ ਕਰਦੇ ਰਹੇ ਨੇ ਔਰ ਮੈਂ ਜ਼ਰੂਰ ਕਹਿਣਾ ਚਾਹੂੰਗੀ ਸਟੂਡੈਂਟਸ ਨੂੰ ਕਿ ਇਹਨਾਂ ਵੀਡੀਓ ਸੋ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ ਤੁਹਾਨੂੰ ਫਿਰ ਵੀ ਕਿਤੇ ਡਾਊਟ ਹੁੰਦਾ ਹੋਵੇ ਤਾਂ ਤੁਸੀਂ ਮੈਮ ਨੂੰ ਮਿਲ ਵੀ ਸਕਦੇ ਹੋ ਅਗਰ ਮਿਲਣਾ ਚਾਹੋ ਤਾਂ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ ਸੋ ਮੈਮ ਅਜਾ ਆਪਾਂ ਯੂ ਐਸ ਐ ਸਟੱਡੀ ਵੀਜ਼ਾ ਦੀ ਜਦ ਗੱਲ ਕਰਦੇ ਆ ਤਾਂ ਮੇਨ ਕਨਫਿਊਜ਼ਨ ਆਖਿਰ ਸਟੂਡੈਂਟ ਨੂੰ ਕਿੱਥੇ ਹੈ ਕੋਰਸੇਸ ਨੂੰ ਲੈ ਕੇ ਜ਼ਰੂਰ ਦੱਸਣਾ ਕਿ ਇਹ ਕਿਹੜੇ ਇਹ ਲੱਗੇ ਕਿ ਅਸੀਂ ਬੈਸਟ ਕੋਰਸ ਨਾਲ ਲੱਗੇ ਆਏ ਆ ਤੇ ਸਾਨੂੰ ਬਹੁਤ ਸਾਰੀ ਓਪਰਚ्युनिटीਜ਼ ਵੀ ਮਿਲ ਰਹੀਆਂ ਸ਼ਾਇਦ ਇਹੀ ਕਿਤੇ ਨਾ ਕਿਤੇ ਚਾਹੀ ਕਿਸੇ ਵੀ ਕੰਟਰੀ ਸਟੂਡੈਂਟ ਜਾਏ ਕੋਰਸ ਇੱਕ ਸਹੀ ਚੂਜ਼ ਕਰਨਾ ਬਹੁਤ ਮਾਇਨੇ ਰੱਖਦਾ ਹੈ ਤੇ ਤੁਹਾਡੀ ਇਸ ਉੱਪਰ ਮਾਹਿਰ ਸਲਾਹ ਕੀ ਹੈ ਔਰ ਅਗੋਂ ਅਪਾਇੰਟਮੈਂਟਸ ਨੂੰ ਲੈ ਕੇ ਵੀ ਜਾਂ ਓਵਰਆਲ ਕੀ ਟ੍ਰੈਂਡ ਚੱਲ ਰਹੇ ਨੇ ਯੂਐਸਏ ਸਟੱਡੀ ਵੀਜ਼ਾ ਨੂੰ ਲੈ ਕੇ ਸਟੂਡੈਂਟਸ ਨੂੰ ਜ਼ਰੂਰ ਗਾਈਡ ਕਰਨਾ ਹਰ ਜੋ ਥੈਂਕ ਯੂ ਸੋ ਮੱਚ ਤੁਸੀਂ ਇੱਕ ਮੌਕਾ ਦਿੰਦੇ ਹੋ ਸਟੂਡੈਂਟ ਨਾਲ ਇੰਟਰੈਕਸ਼ਨ ਕਰਨ ਦਾ ਯੂਐਸਏ ਵਾਸਤੇ ਦੇਖੋ ਇੱਕ ਇੰਟੈਲੀਜੈਂਟ ਡਿਸੀਜਨ ਹੁੰਦਾ ਹੈ ਲਾਈਫ ਦੇ ਜਿੱਦਾਂ ਕਹਿੰਦੇ ਆ ਕਿ ਇਹ ਅੱਜ ਪ੍ਰੋਪਰਟੀ ਬਹੁਤ ਅੱਛੀ ਲਈ ਇਹ ਅੱਜ ਤੋਂ 10 ਸਾਲ ਬਾਅਦ ਪਤਾ ਨਹੀਂ ਕਈ ਗੁਣਾ ਹੋ ਜਾਣੀ। ਇਹੀ ਸਟੂਡੈਂਟ ਦੇ ਜਿਵੇਂ ਕੈਰੀਅਰ ਦੀ ਤਰਫ पे ਐਜ਼ ਅ ਪੇਰੈਂਟਸ ਤੇ ਆਂ ਦਵਾਂਗੇ ਅਸ ਤੋਂ 10 ਸਾਲ 15 ਸਾਲ ਬਾਅਦ ਆਪਾਂ ਰਿਗ੍ਰੇਟ ਨਹੀਂ ਕਰਾਂਗੇ ਕਿ ਆਪਾਂ ਗਲਤ ਜਗ੍ਹਾ ਭੇਜਿਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਮੈਂ ਆਪਦੇ ਬੇਟੇ ਨੂੰ ਅੱਜ ਤੋਂ 17-18 ਸਾਲ ਪਹਿਲੇ ਆਸਟ੍ਰੇਲੀਆ ਭੇਜਿਆ ਸੀਗਾ ਆਈਟੀ ਦਾ ਸਟੂਡੈਂਟ ਇਨਫੋਰਮੇਸ਼ਨ ਟੈਕਨੋਲੋਜੀ ਉਸ ਟਾਈਮ ਇੰਨੀ ਜ਼ਿਆਦਾ ਕਾਮਨ ਨਹੀਂ ਸੀਗੀ ਔਰ ਬੱਚੇ ਨੇ ਬਹੁਤ ਅੱਛੀ ਯੂਨੀਵਰਸਿਟੀ ਤੋਂ ਟਾਪ ਅਪ ਕੀਤਾ ਹੈ ਐਂਡ ਟਾਪ ਕੀਤਾ ਐਂਡ ਇੰਜੀਨੀਅਰਿੰਗ ਕੀਤੀ ਐਂਡ ਉੱਥੇ ਫਿਰ ਜੌਬ ਵੀ ਬਹੁਤ ਅੱਛੀ ਕੰਪਨੀ ਚ ਹੈ ਔਰ ਬੜਾ ਅੱਛਾ ਵੈਲ ਸੈਟਲਡ ਹੈ ਲਾਈਫ ਚ ਲੇਕਿਨ ਐਸ ਅ ਮਦਰ ਅਸ ਦਾ ਦਿਨ ਮੈਂ ਰਿਗਰੈਟ ਕਰਦੀ ਆ ਕਿ ਮੈਂ ਉਹਨੂੰ ਆਸਟ੍ਰੇਲੀਆ ਦੀ ਜਗ੍ਹਾ ਯੂਐਸ ਕਿਉਂ ਨਹੀਂ ਭੇਜਾਂ ਰੀਜ਼ਨ ਯੂਐਸਏ ਦੇ ਵਿੱਚ ਆਈਟੀ ਦੀ ਜਿੰਨੀ ਡਿਮਾਂਡ ਹੈ ਉਹ ਤੁਹਾਨੂੰ ਕਿਸੇ ਹੋਰ ਕੰਟਰੀ ਚ ਨਹੀਂ ਮਿਲ ਸਕਦੀ ਜਿੰਨੇ ਜਿੱਦਾਂ ਕਹਿੰਦੇ ਆ ਕਿ ਇੰਡੀਆ ਦੇ ਵਿੱਚ ਜੇ ਤੁਸੀਂ ਆ ਮੁੰਬਈ ਜਾਓਗੇ ਜਾਂ ਡੈਲੀ ਜਾਓਗੇ ਤਾਂ ਜੌਬ ਅਪਰਚ्युनिटीज ਜ਼ਿਆਦਾ ਹੈ। ਬਿਲਕੁਲ। ਛੋਟੇ ਸ਼ਹਿਰਾਂ ਚ ਨਹੀਂ ਜੌਬ ਅਪਰਚ्युनिटी ਨਹੀਂ ਹੈ। ਐਦਾਂ ਹੀ ਆਈਟੀ ਦਾ ਜਿਹੜਾ ਹੱਬ ਹੈ ਉਹ ਅਮਰੀਕਾ ਹੈ। ਸਟੈਮ ਕੋਰਸਸ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥ ਵਾਸਤੇ ਹੀ ਬੱਚੇ ਉੱਥੇ ਜਾਂਦੇ ਆ ਸਭ ਤੋਂ ਜ਼ਿਆਦਾ। ਔਰ ਇਨਫਰਮੇਸ਼ਨ ਟੈਕਨੋਲੋਜੀ ਦਾ ਜਿਹੜਾ ਹੱਬ ਹੈ ਅਮਰੀਕਾ ਹੈ ਜਿਹੜਾ ਪੈਕੇਜ ਇੱਕ ਐਕਸਪੀਰੀਅੰਸ ਬੰਦੇ ਨੂੰ ਅਮਰੀਕਾ ਦੇ ਸਕਦਾ ਉਹ ਦੁਨੀਆ ਦੀ ਕੋਈ ਕੰਟਰੀ ਨਹੀਂ ਦੇ ਸਕਦੀ ਹੋ ਸਕਦਾ ਅਜ ਤੋਂ 15 15 18 ਸਾਲ ਪਹਿਲੇ ਜਿਹੜਾ ਮੈਂ ਡਿਸੀਜਨ ਲਿੱਤਾ ਜਦ ਮੈਂ ਉਹੀ ਡਿਸੀਜਨ ਉਸ ਟਾਈਮ ਯੂਐਸ ਦਾ ਲੈਂਦੀ ਥੋੜਾ ਹੋਰ ਕੈਲਕੂਲੇਟ ਕਰਦੀ ਤੇ ਉਹ ਅੱਜ ਮੈਨੂੰ ਰਿਗਰਟ ਨਾ ਕਰਨਾ ਪੈਂਦਾ ਕਿਉਂਕਿ ਬੱਚਾ ਉੱਥੇ ਸੈਟਲ ਹੋ ਗਿਆ ਹੀ ਇਜ਼ ਹੈਪੀ ਬਟ ਕਿਉਂਕਿ ਅਸੀਂ ਐਜੂਕੇਟਿਡ ਪੇਰੈਂਟਸ ਆ ਅਸੀਂ ਹਰ ਚੀਜ਼ ਨੂੰ ਕੈਲਕੂਲੇਸ਼ਨ ਕਰਦੇ ਆ ਤੇ ਮੈਂ ਉਸ ਸਾਹ ਨਾਲ ਕਿਧਰੇ ਨਾ ਕਿਧਰੇ ਗਲਤੀ ਕੀਤੀ ਹੈ ਮੈਂ ਨਹੀਂ ਚਾਹੂੰਗੀ ਕਿ ਹੋਰ ਪੇਰੈਂਟਸ ਮੇਰੀ ਵੱਲੀ ਗਲਤੀ ਕਰਨ ਕੈਲਕੂਲੇਸ਼ਨ ਅੱਛਾ ਕਰੋ ਔਰ ਜਬ ਬੱਚਾ ਤੁਹਾਡਾ ਪੜਨ ਵਾਲਾ ਅੱਛਾ ਬੱਚਾ ਹੈ ਇੰਜੀਨੀਅਰਿੰਗ ਦਾ ਆਈਟੀ ਦਾ ਬੱਚਾ ਹੈ ਹੈਲਥ ਸਾਇੰਸ ਦਾ ਬੱਚਾ ਹੈ ਉਹਨੂੰ ਤੁਸੀਂ ਆ ਯੂ ਐਸ ਐ ਪੇ ਜੋ ਕਿਉਂਕਿ ਉੱਥੇ ਜਿਹੜੀ ਇਕਨੋਮੀ ਬਹੁਤ ਅੱਛੀ ਇਕਨੋਮੀ ਹੈ ਜੀ ਔਰ ਹਮੇਸ਼ਾ ਇ ਸਟੈਬਲਿਸ਼ਡ ਇਕਨੋਮੀ ਹੈ ਜਿੰਨੀ ਜ਼ਿਆਦਾ ਇਨਕਮ ਉੱਥੇ ਹੋ ਸਕਦੀ ਹੈ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਬੱਚਾ ਫਾਈਨੈਂਸ਼ਲੀ ਅੱਗੇ ਵਧੇ ਜਾਂ ਬੱਚੇ ਨੂੰ ਇੱਕ ਕੋਲ ਲਾਈਫ ਚਾਹੀਦੀ ਹੈ ਫਿਰ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਬਟ ਈਵਨ ਆਇਰਲੈਂਡ ਇਜ਼ ਵੈਰੀ ਗੁੱਡ ਫॉर ਆਈਟੀ ਲੇਕਿਨ ਜੇ ਤੁਸੀਂ ਚਾਹੁੰਦੇ ਕਿ ਫਾਈਨੈਂਸ਼ਲੀ ਬਹੁਤ ਗਰੋਅ ਕਰੇ ਡਿਸੀਜਨ ਇਜ਼ ਯੋਰਸ ਕਿਉਂਕਿ ਕੰਸਲਟੈਂਸੀ ਦੇਣਾ ਸਾਡਾ ਕੰਮ ਹੈ ਗਾਈਡ ਕਰਨਾ ਆਪਣੇ ਤਜਰਬੇ ਤੋਂ ਜਿਹੜਾ ਇਹ ਨਾ ਲੰਬਾ ਇੱਕ ਤਜਰਬਾ ਹੈ 27 ਸਾਲਾਂ ਦਾ ਮੇਰੇ ਕੋਲ ਉਹ ਮੈਂ ਤੁਹਾਨੂੰ ਦੇ ਸਕਦੀ ਹਾਂ ਕਿ ਜੇ ਫਾਈਨੈਂਸ਼ਲੀ ਤੁਸੀਂ ਚਾਹੁੰਦੇ ਹੋ ਕਿ ਬੱਚਾ ਗਰੋ ਕਰਦਾ ਜਾਏ ਅੱਗੇ ਤੇ ਅੱਗੇ ਵੱਧਦਾ ਜਾਏ ਥੈਨ ਆਈਟੀ ਜਾਂ ਇੰਜੀਨੀਅਰਿੰਗ ਵਾਸਤੇ ਜੇ ਤੁਸੀਂ ਪੀਐਚ ਰਿਓ ਫਿਰ ਤੁਸੀਂ ਯੂਐਸ ਦੀ ਚੋਣ ਕਰੋ ਹੁਣ ਕੁਝ ਯੂਨੀਵਰਸਿਟੀਆਂ ਜਿੱਦਾਂ ਮੈਂ ਤੁਹਾਨੂੰ ਇੱਕ ਅੰਡਰਗ੍ਰੈਡ ਬੱਚੇ ਵਾਸਤੇ ਦੱਸਦੀ ਹਾਂ ਇੱਕ ਐਗਜ਼ਾਮਪਲ ਹੈ ਕੋਲੈਰਾਡੋ ਮਿਸਾ ਯੂਨੀਵਰਸਿਟੀ ਜਿੱਦੀ ਫੀਸ ਹੈ 26000 ਡਾਲਰ ਲੇਕਿਨ ਜਦ ਬੱਚੇ ਦੀ 3 ਪੁਆਇੰਟ ਜੀਪੀਏ ਹੈ ਤੇ ਇਹ ਜੇ ਆਪਾਂ ਪਰਸੈਂਟੇਜ ਚ ਕਨਵਰਟ ਕਰੀਏ ਤੇ ਮੇਖਿਆਲ 70 72% ਆਉਂਦੀ ਹੈ ਤੇ ਸਿੱਧੇ ਬੱਚੇ ਨੂੰ 9000 ਡਾਲਰ ਜਿਹੜੀ ਹੈ ਸਕਾਲਰਸ਼ਿਪ ਲੱਗ ਰਹੀ ਹੈ ਤੇ ਫੀਸ ਤੁਹਾਡੀ ਕਿੰਨੀ ਹੋ ਗਈ 17000 17000 ਡਾਲਰ ਇੱਕ ਕਾਲਜ ਦੀ ਫੀਸ ਹੁੰਦੀ ਹੈ ਜਿਹੜੀ ਤੁਹਾਨੂੰ ਯੂਨੀਵਰਸਿਟੀ ਚ ਮਿਲ ਰਹੀ ਹੈ ਲੇਕਿਨ ਜਦ ਬੱਚੇ ਦੀ ਜੀਪੀਏ 70% ਤੋਂ ਥੋੜੀ ਉੱਪਰ ਹੈ ਠੀਕ ਹੈ ਐਦਾਂ ਹੀ ਮੰਨ ਲਓ 60 ਜਾਂ 65% ਹੈ then ਮੇਰੇ ਕਹ ਕੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੁਹਾਨੂੰ ਸਕਾਲਰਸ਼ਿਪ ਲੇਕਿਨ ਯੂ ਐਸ ਦੇ ਵਿੱਚ ਜਬ ਬੱਚਾ ਇੰਟੈਲੀਜੈਂਟ ਹੈ ਜੇ ਉਹਨੇ ਕੋਈ ਕਮਿਊਨਿਟੀ ਵਾਸਤੇ ਕੰਮ ਕੀਤਾ ਹੈ ਕੋਈ ਐਨ ਜੀਓ ਵਾਸਤੇ ਕੰਮ ਕੀਤਾ ਹੈ ਜਾਂ ਕੋਈ ਐਦਾਂ ਦੇ ਸਪੋਰਟਸ ਦੇ ਵਾਸਤੇ ਕੰਮ ਕੀਤਾ ਹੈ ਉਹਦੀ ਸਕਾਲਰਸ਼ਿਪ ਬਹੁਤ ਅੱਛੀ ਲੱਗਦੀ ਓਵਰ ਆਲ ਪ੍ਰੋਫਾਈਲ ਦੇਖਦੇ ਖਾਲੀ ਇੱਕ ਪੜਾਕੂ ਬੱਚਾ ਨਹੀਂ ਦੇਖਦੇ ਰਾਈਟ ਇੰਗਲਿਸ਼ ਦਾ ਟੈਸਟ ਕੋਈ ਵੀ ਟੈਸਟ ਦੇ ਸਕਦੇ ਹੋ ਤੁਸੀਂ ਲਾਈਕ ਆਇਲਟਸ पीटी टेफल कोई मर्जी है ना ਇਹਨਾਂ ਦੇ ਕਾਫੀ ਸਾਰੇ ਟੈਸਟ ਹੈ ਜਿਹਦੇ ਵਿੱਚ ਕੋਈ ਮਰਜ਼ੀ ਟੈਸਟ ਦੇ ਸਕਦੇ ਹੋ ਤੁਸੀਂ ਆਫਰ ਲੈਟਰ ਜੇ ਤੁਸੀਂ इवन ਟੈਸਟ ਤੋਂ ਪਹਿਲਾਂ ਵੀ ਅਪਲਾਈ ਕਰ ਸਕਦੇ ਹੋ ਫਾਈਨੈਂਸ਼ੀਅਲ ਜਸਟ 1 ਡੇ 올ਡ ਵੀ ਦਿਖਾ ਸਕਦੇ ਹੋ ਉਹ ਵੀ ਤੁਹਾਡਾ ਕੋਈ ਪ੍ਰੈਸ਼ਰ ਨਹੀਂ ਹੈ ਕਿ ਤੁਸੀਂ ਕੋਈ 6 ਮਹੀਨੇ ਪੁਰਾਣੇ ਫੰਡ ਦੇਣੇ ਆ ਫੀਸ ਵੀਜ਼ਾ ਦੇ ਬਾਅਦ ਜਾਂਦੀ ਹੈ ਖਾਲੀ I20 ਫੀਸ ਕਿਸੇ ਕਾਲਜ ਦੀ ਹੋਏਗੀ ਕਿਸੇ ਦੀ ਨਹੀਂ ਹੋਏਗੀ ਕਿਸੇ ਦੀ 40 ਡਾਲਰ ਕਿਸੇ ਦੀ 50 ਕਿਸੇ ਦੀ 100 ਡਾਲਰ ਕੋਈ ਲੰਬੀ ਚੌੜੀ ਨਹੀਂ ਆ ਮਤਲਬ 4-5000 ਤੋਂ ਲੈ ਕੇ 7-8 9000 ਤੱਕ ਤੁਹਾਡੀ I20 ਦੀ ਫੀਸ ਹੈ ਜਿਹਨੂੰ ਐਪਲੀਕੇਸ਼ਨ ਫੀਸ ਕਹਿੰਦੇ ਆ ਅੰਬੈਸਡੀ ਫੀਸ ਕੋਈ 15000 ਜਾਏਗੀ 350 ਡਾਲਰ ਸਰਵਿਸ ਫੀਸ ਜਾਏਗੀ ਸਾਰਾ ਮਿਲਾ ਕੇ ਮੇਰੇ ਖਿਆਲ 50-60000 ਤਾ ਮੈਕਸਿਮਮ ਖਰਚਾ ਹੋਏਗਾ ਇੱਕ ਸਟਰਗਲ ਆਉਂਦੀ ਹੈ ਬੱਚਿਆਂ ਨੂੰ ਡੇਟ ਲੈਣ ਦੀ ਉਹ ਵੀ ਜਦ ਡੇਟ ਇੱਕਦਮ ਤੋਂ ਹੀ ਨਿਕਲਦੀਆਂ 2 ਦਿਨ ਦੇ ਵਿੱਚ ਉਸ ਟਾਈਮ ਡੇਟ ਜਿਹੜੀ ਆ ਇੱਕ ਲੈਣੀ ਪੈਂਦੀ ਆ फीस वीजा ਦੇ ਬਾਅਦ ਕੋਈ ਫੰਡ ਜਨੇ ਲੰਬੇ ਚੋੜੇ ਨਹੀਂ ਕਿ ਬੱਚਾ ਤੱਕਾ ਖਾਏਗਾ ਮੇਰੇ ਖਿਆਲੇ ਸਭ ਤੋਂ ਸਸਤੇ ਡੀਲ ਹੈ ਔਰ ਜਿੱਦਾਂ ਮੈਂ ਤੁਹਾਨੂੰ ਆਪਣੇ ਬੇਟੇ ਦਾ ਐਗਜ਼ਾਮਪਲ ਦਿੰਦਾ ਐਦਾਂ ਹੀ ਤੁਸੀਂ ਜੇ ਕੋਈ ਲਾਈਫ ਚ ਇੱਕ ਸੈਟਲਮੈਂਟ ਬੱਚੇ ਦੀ ਅੱਛੀ ਚਾਹੀਦੀ ਹੈ ਡੋਨਟ ਰਿਗਰਟ ਅੱچھے ਕੋਰਸ ਅੱਛੀ ਯੂਨੀਵਰਸਿਟੀ ਚ ਵਿਦ ਸਕਾਲਰਸ਼ਿਪ ਭੇਜੋ ਔਰ ਬੱਚੇ ਦੀ ਜੜੇ ਕੈਰੀਅਰ ਗਰੋਥ ਅੱਛੀ ਹੋਏ ਜੀ ਬਿਲਕੁਲ ਦੇਖੋ ਬਹੁਤ ਚੰਗੀਆਂ ਗੱਲਾਂ ਮੈਮ ਨੇ ਤੁਹਾਨੂੰ ਦੱਸਤਾ ਕਿ ਅਗਰ ਤੁਸੀਂ ਯੂਐਸਏ ਸਟੱਡੀ ਵੀਜ਼ਾ ਬਾਰੇ ਸੋਚਣਾ ਹੈ ਤਾਂ ਕਿਉਂ ਸੋਚਣਾ ਹੈ ਕਿਹੜੇ-ਕਿਹੜੇ ਪਲੱਸ ਪੁਆਇੰਟ ਨੇ ਦੇਖੋ ਅਗਰ ਅਸੀਂ ਆਪਣੇ ਅਗਰ ਕੋਈ ਵੀ ਪੇਰੈਂਟਸ ਵੀ ਇਹ ਸ਼ੋਅ ਦੇਖ ਰਹੇ ਨੇ ਵੀਡੀਓ ਦੇਖ ਰਹੇ ਨੇ ਤਾਂ ਤੁਸੀਂ ਆਪਣੇ ਅਗਰ ਕਨਫਿਊਜ਼ਨ ਸੀ ਵੀ ਕਿਹੜੀ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਡਿਸੀਜਨ ਲਈਏ ਯੂਐਸਏ ਅਸੀਂ ਭੇਜੀਏ ਬੱਚੇ ਨੂੰ ਕਾ ਨਾ ਤਾਂ ਦੇਖੋ ਮੈਮ ਨੇ ਬਹੁਤ ਸਾਰੇ ਪਲੱਸ ਪੁਆਇੰਟ ਦੱਸੇ ਨੇ ਕਿ ਅੱਗੋ ਜਾ ਕੇ ਤੁਹਾਡੇ ਬੱਚੇ ਦੇ ਲਈ ਕਿੰਨੀਆਂ ਚੰਗੀਆਂ ਆਪਰਚੂਨਿਟੀਆਂ ਮਿਲ ਸਕਦੀਆਂ ਨੇ ਇੰਜੀਨੀਅਰਿੰਗ ਵਾਲੇ ਸਟੂਡੈਂਟ ਉਹਨਾਂ ਲਈ ਤਾਂ ਟੇ ਸਾਰੇ ਮੌਕੇ ਨੇ ਅੱਗੋਂ ਔਰ ਨਾਲ ਦੀ ਨਾਲ ਦੇਖੋ ਫੀਸ ਵੀ ਜਿਹੜੀ ਹੈ ਵੀਜ਼ਾ ਦੇ ਬਾਅਦ ਦੇਣੀ ਪੈਂਦੀ ਹੈ ਔਰ ਜ਼ਰੂਰ ਇਹਨਾਂ ਚੀਜ਼ਾਂ ਤੇ ਤੁਸੀਂ ਗੌਰ ਕਰ ਸਕਦੇ ਹੋ ਡਿਟੇਲ ਵਿੱਚ ਹੋਰ ਚੀਜ਼ਾਂ ਸਮਝਣਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਜਿੰਨੇ ਵੀ ਸਟੂਡੈਂਟ ਇਹ ਵੀਡੀਓ ਦੇਖ ਰਹੇ ਨੇ ਅਗਰ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਹੀ ਕੋਰਸ ਨੂੰ ਲੈ ਕੇ ਐਡਮਿਸ਼ਨ ਪ੍ਰੋਸੈਸ ਨੂੰ ਲੈ ਕੇ ਸਮਝਣਾ ਚਾਹੁੰਦੇ ਹੋ ਤਾਂ ਜਿਹੜਾ ਨੈਵੀਗੇਟਰਸ ਓਵਰਸੀਜ਼ ਆ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰ ਸਕਦੇ ਹੋ ਬਹੁਤ ਚੰਗਾ ਹੋਵੇਗਾ ਜੇਕਰ ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰੋ ਤਾਂ ਕਿ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਆਓ ਜਿਹੜੀ ਪੂਰੀ ਅਸੈਸਮੈਂਟ ਕਰੇਗੀ ਤੁਹਾਡੀ ਡਾਕੂਮੈਂਟਸ ਦੀ ਔਰ ਤੁਹਾਨੂੰ ਗਾਈਡ ਕਰੇਗੀ ਕਿ ਕਿਹੜੀਆਂ ਚੰਗੀਆਂ ਆਪਸ਼ਨਸ ਨੇ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਤੇ ਉਸ ਦੇ ਵਿੱਚੋਂ ਤੁਸੀਂ ਚੂਸ ਕਰ ਸਕਦੇ ਹੋ ਕਿ ਅਸੀਂ ਕਿਸ ਆਪਸ਼ਨ ਦੇ ਨਾਲ ਅੱਗੇ ਵਧੀਏ ਬਹੁਤ ਬਹੁਤ ਥੈਂਕਸ ਮੈਂ ਮੈਂ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅੱਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ